ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਬੰਦ ਹੋਣ ਦਾ ਨਾਮ ਨਹੀਂ ਲੈ ਰਿਹਾ ਅਤੇ ਹਰ ਆਏ ਦਿਨ ਪਾਰਟੀ ਦੇ ਵਿਧਾਇਕ ਆਪਣੇ ਹੀ ਮੰਤਰੀਆਂ ਵਿਰੁੱਧ ਵਿਰੋਧ ਦੇ ਝੰਡੇ ਚੁੱਕੀ ਫਿਰਦੇ ਹਨ। ਵਿਧਾਇਕਾਂ ਅਤੇ ਮੰਤਰੀਆਂ ਵਿਚਾਲੇ ਤਕਰਾਰ ਕਾਂਗਰਸ ਦੇ ਨਾਲ ਨਾਲ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਅਕਸ ਵੀ ਖਰਾਬ ਕਰ ਰਿਹਾ ਹੈ। ਪਟਿਆਲਾ ਵਿੱਚ ਵਿਧਾਇਕਾਂ ਵੱਲੋਂ ਸਰਕਾਰ ਦੀ ਅਫਸਰਸ਼ਾਹੀ ਭਾਰੂ ਹੋਣ ਦੇ ਦੋਸ਼ ਲਗਾਉਣ ਤੋਂ ਬਾਅਦ ਹੁਣ ਗੁਰਦਾਸਪੁਰ ਜ਼ਿਲ੍ਹੇ ਦੇ ਤਿੰਨ ਆਗੂਆਂ ਬਟਾਲਾ ਦੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਦੇ ਨਾਲ ਨਾਲ ਕਾਦੀਆਂ ਦੇ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਅਤੇ ਸ਼੍ਰੀ ਹਰਗੋਬਿੰਦ ਸਾਹਿਬ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਆਪਣੇ ਹੀ ਸਰਕਾਰ ਵਿੱਚ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਖਿਲਾਫ਼ ਮੋਰਚਾ ਖੋਲ੍ਹਦੇ ਹੋਏ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਵਿੱਚ ਕੁਝ ਤਾਲਿਬਾਨੀ ਸੋਚ ਦੇ ਵਿਅਕਤੀ ਘੁਸ ਗਏ ਹਨ ਜੋ ਕਾਂਗਰਸ ਦੇ ਸਿਧਾਂਤ ਦੇ ਵਿਰੁੱਧ ਚੱਲ ਕੇ ਕਾਂਗਰਸ ਵਰਕਰਾਂ ਅਤੇ ਪਾਰਟੀ ਦਾ ਨੁਕਸਾਨ ਕਰ ਰਹੇ ਹਨ। ਫਤਿਹ ਜੰਗ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਬੀਤੇ ਦਿਨ ਤ੍ਰਿਪਤ ਰਾਜਿੰਦਰ ਬਾਜਵਾ ਵੱਲੋਂ ਫਤਿਹਗੜ੍ਹ ਚੂੜੀਆਂ ਹਲਕੇ ਦੇ ਵਰਕਰਾਂ ਦੀ ਮੀਟਿੰਗ ਵਿੱਚ ਇੱਕ ਵਰਕਰ ਵੱਲੋਂ ਮੌਜੂਦਾ ਹਾਲਾਤ ਬਾਰੇ ਸਵਾਲ ਕੀਤਾ ਗਿਆ ਤਾਂ ਮੰਤਰੀ ਨੇ ਉਸਦੀ ਸਮੱਸਿਆ ਦਾ ਹੱਲ ਕੱਢਣ ਦੀ ਥਾਂ ਮੀਟਿੰਗ ਵਿੱਚ ਪਾਰਟੀ ਵਰਕਰ ਨੂੰ ਬੇਇੱਜ਼ਤ ਕੀਤਾ। ਮੰਤਰੀ ਦਾ ਇਹ ਸਲੂਕ ਪਾਰਟੀ ਦੇ ਅਸੂਲਾਂ ਦੇ ਵਿਰੁੱਧ ਹੈ। ਬਾਜਵਾ ਨੇ ਕਿਹਾ ਕਿ ਮੰਤਰੀ ਆਪਣੇ ਅਹੁਦੇ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋਏ ਆਪਣੀ ਤਾਲਿਬਾਨੀ ਸੋਚ ਕਾਰਨ ਜ਼ਿਲ੍ਹੇ ਦੇ ਨੁਮਾਇੰਦਿਆਂ ਨੂੰ ਦਬਾ ਰਹੇ ਹਨ ਅਤੇ ਪਾਰਟੀ ਨੂੰ ਖਤਮ ਕਰ ਰਹੇ ਨੇ। ਬਾਜਵਾ ਦਾ ਕਹਿਣਾ ਹੈ ਕਿ ਪਾਰਟੀ ਉਸ ਕਮਾਂਡ ਦੇ ਸਾਫ਼ ਨਿਰਦੇਸ਼ ਹਨ ਕਿ ਵਿਧਾਇਕ ਇੱਕ ਦੂਜੇ ਦੇ ਹਲਕੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨਗੇ ਪਰ ਤ੍ਰਿਪਤ ਰਾਜਿੰਦਰ ਬਾਜਵਾ ਪਾਰਟੀ ਦੇ ਨਿਰਦੇਸ਼ਾਂ ਦਾ ਉਲੰਘਣ ਕਰ ਰਹੇ ਹਨ ਅਤੇ ਇਹ ਮਾਮਲਾ ਪਾਰਟੀ ਉਹ ਕਮਾਂਡ ਕੋਲ ਵੀ ਲੈ ਜਾਣਗੇ। ਦੇਖੋ, ਅਸੀਂ ਬੇਸਿਕਲੀ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਸ਼੍ਰੀਮਤੀ ਸੋਨੀਆ ਗਾਂਧੀ, ਰਾਹੁਲ ਜੀ ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਕਾਂਗਰਸ ਪਾਰਟੀ ਦੀਆਂ ਨੀਤੀਆਂ ਸੀ ਅਤੇ ਉਸ 'ਤੇ ਪਹਿਰਾ ਦੇ ਰਹੇ ਹਾਂ ਔਰ ਕੈਪਟਨ ਸਾਹਿਬ ਦਾ ਜਦੋਂ ਵੀ ਸਰਕਾਰ ਬਣੀ ਉਦੋਂ ਉਹਨਾਂ ਨੇ ਇੱਕੋ ਗੱਲ ਦੀ ਤਾੜਨਾ ਕੀਤੀ ਵੀ ਆਪਣੇ ਆਪਣੇ ਹਲਕਿਆਂ ਦੇ ਵਿੱਚ ਜਿਹੜੇ ਵਿਧਾਇਕ ਨੇ ਜਾਂ ਜਿਹੜੇ ਹਲਕਾ ਇੰਚਾਰਜ ਨੇ ਉਹ ਕੰਮ ਕਰਨਗੇ ਅਤੇ ਕੋਈ ਵੀ ਬੰਦਾ ਉਹਨਾਂ ਦੇ ਹਲਕਿਆਂ ਵਿੱਚ ਇੰਟਰਫੇਅਰ ਨਹੀਂ ਕਰੇਗਾ। ਔਰ ਇੱਥੇ ਇਹ ਹੈ ਵੀ ਪਾਰਟੀ ਵੱਲੋਂ ਨਵਾਜਿਆ ਗਿਆ ਮੰਤਰੀ ਬਣੇ, ਮੰਤਰੀ ਬਣਨ ਤੋਂ ਬਾਅਦ ਹਰ ਇੱਕ ਦਾ ਇਹ ਫਰਜ਼ ਬਣਦਾ ਹੈ ਵੀ ਉਹ ਆਪਣੇ ਵਿਧਾਇਕਾਂ ਨੂੰ ਆਪਣੇ ਹਲਕਾ ਇੰਚਾਰਜ ਨੂੰ ਨਾਲ ਲੈ ਕੇ ਤੁਰਨ, ਉਹਦੇ ਹਲਕੇ ਵਿੱਚ ਜੇ ਕੋਈ ਕੰਮ ਹੁੰਦਾ ਤਾਂ ਉਹਨੂੰ ਪੁੱਛ ਕੇ ਉਹਨੂੰ ਨਾਲ ਲੈ ਕੇ ਉਹ ਕੰਮ ਕੀਤਾ ਜਾਏ ਤਾਂ ਕਿ ਉਹਦਾ ਜਿਹੜਾ ਸ਼੍ਰੇਅ ਹੈਗਾ ਲੋਕਾਂ ਵਿੱਚ ਇੱਕ ਮੈਸੇਜ ਜਿਹੜਾ ਪਾਰਟੀ ਦਾ ਠੀਕ ਮੈਸੇਜ ਜਾਣਾ ਚਾਹੀਦਾ। ਅਤੇ ਜੇ ਕੋਈ ਬੰਦਾ ਇੱਕ ਆਪਣੀ ਤਾਲਿਬਾਨੀ ਸੋਚ ਨੂੰ ਲੈ ਕੇ ਪਾਰਟੀ ਨੂੰ ਇੱਕ ਬੰਨੇ ਰੱਖ ਕੇ ਅਤੇ ਕਿਸੇ ਆਪਣੇ ਸਾਥੀ ਨੂੰ ਕੁਚਲਣਾ ਚਾਹੁੰਦਾ, ਆਪਣੇ ਸਾਥੀ ਨੂੰ ਬਾਂਹ ਤੋਂ ਫੜ ਕੇ ਉੱਥੋਂ ਕੱਢਣਾ ਚਾਹੁੰਦਾ ਅਤੇ ਪਾਰਟੀ ਦੀ ਜਿਹੜੀ ਹੈ ਲੀਡਰਸ਼ਿਪ ਇਸ ਨੂੰ ਅਲਾਓ ਨਹੀਂ ਕਰੇਗੀ। ਅਸੀਂ ਅਸ਼ਵਨੀ ਜੀ ਦੇ ਨਾਲ ਹਾਂ ਕਿਉਂਕਿ ਅਸੀਂ ਇਹ ਮਹਿਸੂਸ ਕਰ ਰਹੇ ਹਾਂ ਵੀ ਅਸ਼ਵਨੀ ਜੀ ਨੂੰ ਕਿਤੇ ਨਾ ਕਿਤੇ ਅੱਖੋਂ ਪਰੋਖੇ ਕੀਤਾ ਜਾ ਰਿਹਾ, ਪਾਰਟੀ ਵੱਲੋਂ ਕੀਤਾ ਜਾ ਰਿਹਾ ਨਹੀਂ, ਪਾਰਟੀ ਵੱਲੋਂ ਨਹੀਂ। ਉੱਧਰ ਅਸ਼ਵਨੀ ਸੇਖੜੀ ਵੀ ਤ੍ਰਿਪਤ ਰਾਜਿੰਦਰ ਬਾਜਵਾ ਦੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤਿੰਨ ਸਿਧਾਂਤ ਬਣਾਏ ਸੀ ਜਿਸ ਵਿੱਚ ਨਸ਼ਾ ਮੁਕਤ ਪੰਜਾਬ, ਘਰ ਘਰ ਨੌਕਰੀ ਅਤੇ ਕਿਸਾਨ ਕਰਜ਼ ਮਾਫ਼ੀ ਸ਼ਾਮਿਲ ਸੀ। ਉਹਨਾਂ ਕਿਹਾ ਹੈ ਕਿ ਮੰਤਰੀ ਬਾਜਵਾ ਇਹੋ ਤਿੰਨ ਸਿਧਾਂਤ ਆਪਣੇ ਹਲਕੇ ਵਿੱਚ ਲਾਗੂ ਕਰਨ। ਮੰਤਰੀ ਦੇ ਹਲਕੇ ਫਤਿਹਗੜ੍ਹ ਚੂੜੀਆਂ ਵਿੱਚ ਨਸ਼ੇ ਦੇ ਤਸਕਰ ਤੇ ਗੈਂਗਸਟਰ ਖੁੱਲੇ ਰਹੇ ਹਨ। ਕਰਜ਼ਾ ਮਾਫ਼ੀ ਦਾ ਉਹਨਾਂ ਦੇ ਹਲਕੇ ਵਿੱਚ ਕੀਤੇ ਨਾਮੋ ਨਿਸ਼ਾਨ ਨਹੀਂ ਹਨ ਅਤੇ ਬੇਰੁਜ਼ਗਾਰੀ ਤੋਂ ਹਰ ਘਰ ਵੀ ਪਰੇਸ਼ਾਨ ਹੈ। ਬਿਹਤਰ ਹੋਵੇਗਾ ਮੰਤਰੀ ਸਾਹਿਬ ਦੂਜੇ ਹਲਕਿਆਂ ਵਿੱਚ ਦਖਲ ਅੰਦਾਜ਼ੀ ਛੱਡ ਕੇ ਆਪਣੇ ਹਲਕੇ ਵੱਲ ਧਿਆਨ ਦੇ। ਉਹਨਾਂ ਦਾ ਕਹਿਣਾ ਸੀ ਕਿ ਕਾਂਗਰਸ ਇੱਕ ਵਿਚਾਰਧਾਰਾ ਦਾ ਨਾਂ ਹੈ ਤੇ ਸਭ ਪਾਰਟੀ ਵਰਕਰ ਪਾਰਟੀ ਦਾ ਨਾਮ ਉੱਚਾ ਚੁੱਕਣ ਲਈ ਕੰਮ ਕਰਦੇ ਹਨ। ਉਹਨਾਂ ਕਿਹਾ ਕਿ ਪਾਰਟੀ ਵਿੱਚ ਸਾਰੇ ਵਰਕਰਾਂ ਦਾ ਸਨਮਾਨ ਸਰਵ ਉੱਚ ਹੈ। ਸੇਖੜੀ ਨੇ ਬਾਜਵਾ ਨੂੰ ਇਹ ਵੀ ਯਾਦ ਕਰਵਾਇਆ ਕਿ ਉਹ ਉਸ ਨੂੰ ਪਾਰਟੀ ਵਿੱਚ ਲੈ ਕੇ ਆਏ ਸਨ ਤੇ ਪਹਿਲੀ ਵਾਰ ਟਿਕਟ ਵੀ ਉਹਨਾਂ ਹੀ ਦਵਾਈ ਸੀ। ਦੇਖੋ, ਮੈਂ ਪਹਿਲਾਂ ਵੀ ਦੱਸਿਆ ਹੈ, ਇੰਡੀਅਨ ਨੈਸ਼ਨਲ ਕਾਂਗਰਸ ਇੱਕ ਵਿਚਾਰਧਾਰਾ, ਇੱਕ ਸੋਚ ਹੈ, ਸਾਂਝੀ ਸੋਚ, ਸਾਂਝੀ ਵਾਰਤਾ। ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਪਾਰਟੀ ਦੇ ਇੱਕੋ ਜਿਹੇ ਵਰਕਰ ਨੇ ਔਰ ਸਾਡੀ ਪਾਰਟੀ 'ਚ ਇਸ ਵੇਲੇ ਸਾਡੇ ਇਲਾਕੇ 'ਚ ਇੱਕ ਤਾਲਿਬਾਨੀ ਸੋਚ ਸਾਡੀ ਕਾਂਗਰਸ ਪਾਰਟੀ 'ਚ ਨਵੀਂ ਉੱਠੀ ਅਤੇ ਆਪਣੇ ਸਾਥੀਆਂ ਨੂੰ, ਆਪਣੇ ਕੁਲੀਗਸ ਨੂੰ ਦਬਾਇਆ ਜਾਵੇ, ਕਿਸੇ ਦੀ ਪਰਵਾਹ ਨਾ ਕੀਤੀ ਜਾਵੇ। ਕੁਰਸੀ 'ਤੇ ਬਹਿ ਕੇ ਨਸ਼ੇ 'ਤੇ ਚੂਰ ਹੋ ਕੇ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਮਿਸਯੂਜ਼ ਕਰਕੇ ਆਪਣੀ ਧੌਂਸ ਜਮਾਈ ਜਾਵੇ ਵੀ ਅਸੀਂ ਕਾਂਗਰਸ ਦੇ ਵਰਕਰ ਹਾਂ, ਕਾਂਗਰਸ ਦੇ ਵਰਕਰਾਂ ਨੇ ਅੰਗਰੇਜ਼ਾਂ ਦੀਆਂ ਗੋਲੀਆਂ ਖਾਲੀਆਂ, ਸਿਰ ਕਟਾ ਦਿੱਤਾ, ਸੀਸ ਨਹੀਂ ਨਿਭਾਇਆ। ਕੱਲ੍ਹ ਕੀ ਦੇਖਿਆ, ਸਾਰੇ TV ਚੈਨਲਾਂ 'ਤੇ ਸਾਰੇ ਵੀਡੀਓ ਵਾਇਰਲ ਹੋਇਆ
ਇੱਕ ਗਰੀਬ ਮਸੀਹ ਭਾਈਚਾਰੇ ਦਾ ਵਰਕਰ, ਕਾਂਗਰਸੀ ਵਰਕਰ, ਉਹਨੂੰ ਕਿੰਨਾ ਜ਼ਲੀਲ ਕੀਤਾ ਗਿਆ? ਕਿਆ ਇੱਕ ਗਰੀਬ ਮਸੀਹ ਭਾਈਚਾਰੇ ਦਾ ਵਰਕਰ ਉਹਨੂੰ ਇਸ ਲਈ ਜ਼ਲੀਲ ਕਰੋ ਕਿ ਉਹ ਗਰੀਬ ਔਰ ਮਸੀਹ ਮਨੋਰਟੀ ਹੈ? ਕਿਆ ਹਿੰਦੂ ਜਿਹੜੇ ਪੰਜਾਬ ਦੇ ਵਿੱਚ ਹਮੇਸ਼ਾ ਕਾਂਗਰਸ ਦੀ ਮਦਦ ਕਰਦੇ ਨੇ, ਹਿੰਦੂਆਂ ਦੇ ਵਿੱਚ ਜਿਹੜੀ ਲੀਡਰਸ਼ਿਪ ਉਹਨੂੰ ਖਤਮ ਕਰਨ ਦੇ ਲਈ ਸਾਜ਼ਿਸ਼ ਕੀਤੀ ਜਾਏ ਔਰ ਇਹ ਮਹਿਸੂਸ ਕਰਾਇਆ ਜਾਏ ਕਿ ਤੂੰ ਕੁਛ ਵੀ ਨਹੀਂ, ਮੈਂ ਹੀ ਸਭ ਕੁਛ ਹੈਗਾ? ਇਹ ਨਹੀਂ ਚੱਲਣਾ ਕਾਂਗਰਸ ਪਾਰਟੀ 'ਚ। ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਬਰਾਬਰ ਨੇ। ਅੱਜ ਹਿੰਦੂਆਂ ਨੂੰ ਜਿਹੜਾ ਦਬਾਇਆ ਗਿਆ, ਕੁਚਲਿਆ ਗਿਆ, ਲੀਡਰਸ਼ਿਪ ਨੂੰ ਖਤਮ ਕਰਨ ਦੀ ਇਸ ਬੰਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ, ਉਹਦੇ ਉਸ ਤਾਲਿਬਾਨੀ ਸੋਚ ਦੇ ਖਿਲਾਫ਼ ਅਸੀਂ ਆਵਾਜ਼ ਚੱਕੀ ਹੈ। ਔਰ ਮੈਂ ਧੰਨਵਾਦ ਕਰਦਾ ਫਤਿਹ ਸਿੰਘ ਬਾਜਵਾ ਜੀ, ਕਾਂਗਰਸ ਪਾਰਟੀ 'ਚ ਐਸੇ ਲੀਡਰ ਨੇ ਜਿਹੜੇ ਗੁਰੂ ਮਹਾਰਾਜ ਦੀ ਮਰਿਆਦਾ, ਸਿੱਖ ਧਰਮ ਦੇ ਸਿਧਾਂਤ ਕੇ ਕੁਚਲੇ ਹੋਏ, ਦਬੇ ਹੋਏ ਦਲਿਤ ਹਿੰਦੂ ਭਰਾਵਾਂ ਦੇ ਲਈ ਉਹਨਾਂ ਨੇ ਆਵਾਜ਼ ਚੱਕੀ ਸੀ। ਅੱਜ ਫਤਿਹ ਬਾਜਵਾ ਆਹ ਦਾ ਨਾਰਾ ਮਾਰਨ ਆਏ ਨੇ ਬਟਾਲੇ। ਕਾਂਗਰਸ ਦੇ ਵਰਕਰਾਂ ਨੇ ਇਹਨਾਂ ਦਾ ਸਵਾਗਤ ਵੀ ਕੀਤਾ ਔਰ ਸਾਰੀ ਉਮਰ ਯਾਦ ਰੱਖਾਂਗੇ ਕਿ ਜਦੋਂ ਸਾਡੀ ਕੌਮ ਨੂੰ ਦਬਾਇਆ ਗਿਆ, ਕੁਚਲਿਆ ਗਿਆ, ਸਾਜ਼ਿਸ਼ ਕੀਤੀ ਗਈ, ਅਤੇ ਉਸ ਵੇਲੇ ਕੌਣ ਕੌਣ ਐਸਾ ਲੀਡਰ ਸੀਗਾ ਜਿਹੜਾ ਕਿ ਹਿੰਦੂਆਂ ਲਈ, ਦਲਿਤਾਂ ਲਈ, ਮਸੀਹ ਭਾਈਚਾਰੇ ਲਈ ਖਲੋਤਾ ਸੀ? ਫਤਿਹ ਬਾਜਵਾ ਦਾ ਨਾਮ ਅੱਜ ਪਹਿਲ ਕੀਤੀ ਇਹਨਾਂ ਨੇ। ਭਾਈ ਸਾਹਿਬ, ਉਹਦੀ ਪਾਰਟੀ ਹਾਈ ਕਮਾਨ 'ਤੇ ਆਪਣੀ ਫਿਲੋਸਫੀ, ਆਪਣੀ ਆਈਡੀਓਲੋਜੀ 'ਤੇ ਚੱਲਦੀ ਹੈ, ਜਿਹੜੀ ਕਿ ਮੈਂ ਪਹਿਲਾਂ ਤੁਹਾਨੂੰ ਦੱਸੀ ਹੈ ਕਿ ਸਾਰੇ ਇੱਕੋ ਜਿਹੇ, ਹਿੰਦੂ, ਮੁਸਲਿਮ, ਸਿੱਖ, ਈਸਾਈ, ਸਾਰੇ ਸੈਕੂਲਰ ਪਾਰਟੀ ਹੈ ਸਾਡੀ। ਇਹ ਜਿਹੜੀ ਸੋਚ ਹੈ ਨਾ, ਤਾਲਿਬਾਨੀ ਸੋਚ, ਇਹਦੇ ਪਿੱਛੇ ਬੜਾ ਕੁਛ ਹੈ। ਅਗਲੀ ਪ੍ਰੈਸ ਕਾਨਫਰੰਸ ਦੱਸਾਂਗਾ ਕਿ ਕਿਤੇ ਕਿਤੇ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਅਤੇ ਕੀ ਹੁੰਦਾ ਰਿਹਾ ਉਹ ਕਿਹਾ। ਇਹ ਸੋਚ ਲੈ ਕੇ ਤਾਂ ਨਹੀਂ ਆ ਰਹੇ ਕਾਂਗਰਸ ਵੀ, ਜਿਹੜੇ ਕਾਂਗਰਸੀ ਐਕਚੁਅਲ ਟਕਸਾਲੀ ਕਾਂਗਰਸੀ ਹੈ ਉਹਨਾਂ ਨੂੰ ਮਾਰ ਦਿਓ ਅਤੇ ਆਪਣੀ ਸੋਚ ਲੈ ਕੇ ਆ ਜਾਏ? ਇਹ ਨਹੀਂ ਚੱਲਣ ਦੇਣਾ। ਅਸੀਂ ਕਾਂਗਰਸ ਪਾਰਟੀ ਦੇ ਵਰਕਰ ਹਾਂ, ਅੱਤਵਾਦ ਵੇਲੇ ਵੀ ਕੰਮ ਕੀਤਾ ਸੀਗਾ, ਦੇਸ਼ ਦੇ ਲਈ ਖਲੋਤੇ ਸੀ, ਕਾਂਗਰਸ ਦੀ ਆਈਡੀਓਲੋਜੀ ਲਈ ਖਲੋਤੇ ਸੀ, ਹੁਣ ਵੀ ਖਲੋਤੇ ਆ ਅਤੇ ਖਲੋਤੇ ਰਹਾਂਗੇ। ਅੱਜ 2 MLA ਆਏ ਨੇ, ਮੈਨੂੰ 25-26 ਦੇ ਫੋਨ ਆਏ ਨੇ। ਬਹੁਤ ਸਾਰੇ ਲੋਕ ਦੁਖੀ ਨੇ ਇਹੋ ਜਿਹੀ ਗੱਲ ਤੋਂ, ਚਾਹੁੰਦੇ ਨੇ ਕਿ ਕਾਂਗਰਸ ਦੀ ਸੋਚ ਚੱਲੇ, ਕੈਪਟਨ ਅਮਰਿੰਦਰ ਸਿੰਘ ਦੀ ਸੋਚ ਚੱਲੇ, ਸੋਨੀਆ ਗਾਂਧੀ ਦੀ ਸੋਚ ਚੱਲੇ, ਅਤੇ ਜੇ ਕੁਛ ਲੀਡਰ ਉਸ ਸੋਚ ਨੂੰ ਖਤਮ ਕਰਨ ਦੀ ਸਾਜ਼ਿਸ਼ ਕਰਨਗੇ, ਅਸੀਂ ਪੈਰਾ ਦਿਆਂਗੇ, ਖਤਮ ਨਹੀਂ ਹੁੰਦੇ। ਸੋ ਮੈਂ ਸਮਝਦਾ ਹਾਂ ਕਿ ਅੱਜ ਜਿਹੜਾ ਨਾਲ ਦਾ ਸਾਡਾ ਹਲਕਾ ਫਤਿਹਗੜ੍ਹ ਚੂੜੀਆਂ, ਮੈਂ ਬੜੇ ਪਿੰਡਾਂ ਜਾਣਾ, ਸਭ ਤੋਂ ਉਹ ਡਾਊਨ ਹੈ ਸਾਡੇ ਜ਼ਿਲ੍ਹੇ 'ਚ, ਨਸ਼ਿਆਂ 'ਚ ਨੰਬਰ 1। ਹਾਂਜੀ, ਉੱਥੇ ਰੋਕਣੇ ਚਾਹੀਦੇ ਨਸ਼ੇ, ਗੈਂਗਸਟਰ 'ਚ ਨੰਬਰ 1, ਉਹ ਰੋਕਣੇ ਚਾਹੀਦੇ। ਉੱਥੇ ਬੇਰੁਜ਼ਗਾਰੀ ਤਾਂ ਘਰ ਘਰ ਹੈ, ਬੱਚੇ ਸਾਡੇ ਬਾਹਰ ਤੁਰੀ ਜਾਂਦੇ ਨੇ, ਲੋਕ ਇੱਥੇ ਹਥਿਆਰ ਲਏ ਲੁੱਟਾਂ ਕਰੀ ਜਾਂਦੇ ਨੇ, ਗੈਂਗ ਵੱਧ ਰਹੇ ਨੇ, ਨਸ਼ੇ ਵੱਧ ਰਹੇ ਨੇ, ਉੱਧਰ ਧਿਆਨ ਦੇਣਾ ਚਾਹੀਦਾ। ਆਹ ਕੀ ਆ, ਆਪਣੇ ਬੰਦਿਆਂ ਨੂੰ ਮਾਰੀ ਜੇ, ਉਹ ਸਹੀ ਨਹੀਂ ਆ। ਇਕੱਠੇ ਹੋ ਕੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ 3 ਸਿਧਾਂਤ ਦਿੱਤੇ ਨੇ, ਉੱਤੇ ਪਹਿਰਾ ਦੇਣਾ ਚਾਹੀਦਾ। ਘਰ ਘਰ ਨੌਕਰੀ ਪਹੁੰਚਣੀ ਚਾਹੀਦੀ ਹੈ, ਜੋ ਕੈਪਟਨ ਸਾਹਿਬ ਨੇ ਕਿਹਾ। ਕਿਸਾਨਾਂ ਦੇ ਕਰਜ਼ੇ ਮਾਫ਼ ਹੋਣੇ ਚਾਹੀਦੇ, ਜੋ ਕੈਪਟਨ ਸਾਹਿਬ ਨੇ ਕਿਹਾ। ਅਤੇ ਨਸ਼ਿਆਂ ਦਾ ਖਾਤਮਾ ਹੋਣਾ ਚਾਹੀਦਾ, ਜਿਹੜਾ ਕੈਪਟਨ ਸਾਹਿਬ ਨੇ ਕਿਹਾ ਕਿ ਨਸ਼ਾ। ਅਸੀਂ ਉੱਤੇ ਪਹਿਰਾ, ਦੇਖੋ ਮੇਰੀ ਗੱਲ ਸੁਣੋ, ਅਸੀਂ 3 ਚੀਜ਼ਾਂ 'ਤੇ ਆਪਣੇ ਕੌਂਸਟੀਚੁਐਂਸੀ 'ਚ ਕੰਮ ਕਰ ਰਿਹਾ ਥੋੜ੍ਹਾ ਥੋੜ੍ਹਾ, ਕਿਉਂਕਿ ਮੈਂ ਪਾਵਰ 'ਚ ਨਹੀਂ ਹੈ, ਪਰ ਮੈਂ ਜਿੰਨੇ ਜੋਗਾ ਮੈਂ ਲੱਗਾ ਮੈਂ ਕਰ ਰਿਹਾ, ਆਈ ਐਮ ਡੂਇੰਗ ਮਾਈ ਲਿਟਲ ਬਿਟ। ਮੰਤਰੀ ਨੂੰ ਚਾਹੀਦਾ ਕਿ ਕੈਪਟਨ ਸਾਹਿਬ ਦੀ ਸੋਚ ਦੇ ਉੱਤੇ ਪਹਿਰਾ ਦੇ ਦੇ, ਹੋਰ ਕੁਛ ਨਾ ਕਰੇ। ਸਾਡਾ ਵੱਡਾ ਭਰਾ ਕਹਿੰਦਾ ਨਾ, ਕਹਿੰਦਾ ਮੈਂ ਅਸ਼ਨੀ, ਮੇਰਾ ਛੋਟਾ ਭਰਾ, ਅਤੇ ਲੈ ਮੈਂ ਪੋਲੀਟਿਕਸ 'ਚ ਤੁਹਾਡੇ ਤੋਂ ਪਹਿਲਾਂ ਆਇਆ ਸੀ, ਇਹ ਵੀਡੀਓ ਸਮਝਾ ਦੇਣਾ ਉਹਨੂੰ, ਟਿਕਟ ਵੀ ਤੁਹਾਨੂੰ ਮੈਂ ਹੀ ਦਵਾਈ ਸੀ। ਜਾਂ ਮੈਂ ਤੁਹਾਨੂੰ ਇੱਕ ਸਿਚੁਏਸ਼ਨ ਦੇ ਦਿੰਦਾ ਕਿ ਜੇ ਕੰਮ ਕਰਨਾ ਜੇ ਮੰਤਰੀ ਸਾਹਿਬ, ਤੇ ਕੈਪਟਨ ਦੀ ਸੋਚ ਤੇ ਪਹਿਰਾ ਦੇ ਦਿਓ, ਬਾਕੀ ਕੰਮ ਛੱਡ ਦਿਓ, ਆਪੇ ਪਾਸ ਹੋ ਜਾਵਾਂਗੇ। ਉਧਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਪਾਰਟੀ ਦੇ ਕਿਸੇ ਸਿਧਾਂਤ ਵਿਰੁੱਧ ਨਹੀਂ ਜਾ ਰਹੇ, ਬਲਕਿ ਮੁੱਖ ਮੰਤਰੀ ਵੱਲੋਂ ਬਟਾਲਾ ਲਈ ਦਿੱਤੇ ਗਏ ਵਿਕਾਸ ਕੰਮ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਜੇ ਵਿਧਾਇਕਾਂ ਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਸਾਰੇ ਸਿਧਾਂਤ ਪੰਜਾਬ ਵਿੱਚ ਲਾਗੂ ਨਹੀਂ ਕਰ ਸਕੇ ਤਾਂ ਉਹ ਅਗਲੀ ਚੋਣ ਪੰਜਾਬ ਤੋਂ ਨਾ ਲੜਨ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਬਟਾਲਾ ਵਿੱਚ ਉਹ ਮੁੱਖ ਮੰਤਰੀ ਦੇ ਨਿਰਦੇਸ਼ਾਂ ਉੱਤੇ ਕੰਮ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਉਹ ਸਫਾਈ ਦੇਣ ਦੀ ਜ਼ਰੂਰਤ ਨਹੀਂ ਸਮਝਦੇ, ਜੇ ਲੋੜ ਪਈ ਤਾਂ ਮੁੱਖ ਮੰਤਰੀ ਤੇ ਪਾਰਟੀ ਉਹ ਕਮਾਂਡ ਨੂੰ ਜਵਾਬ ਦੇ ਦੇਣਗੇ। ਕਰ ਰਿਹਾ ਹਾਈ ਕਮਾਂਡ ਦੀ ਮਰਜ਼ੀ ਨਹੀਂ, ਕਰ ਰਿਹਾ ਚੀਫ ਮਿਨਿਸਟਰ ਸਾਹਿਬ ਨੂੰ ਪਤਾ ਮੈਂ ਜੋ ਕਰ ਰਿਹਾ, ਜੇ CID ਰਿਪੋਰਟਾਂ ਭੇਜਦੀ ਸਭ ਕਰਦੀ ਆ, ਅਸੀਂ ਕੋਈ ਗਲਤ CM ਸਭ ਕੋਲ ਲੁਕਾ ਕੇ ਜਾਂ ਜਿਹੜੇ ਸਾਡੇ ਜਾਖੜ ਸਾਹਿਬ ਨੂੰ ਲੁਕਾ ਕੇ ਨਹੀਂ ਮੈਂ ਕੁਛ ਕਰ ਰਿਹਾ, ਉਹਨਾਂ ਨੂੰ ਸਭ ਨੂੰ ਮੇਰੀ ਗੱਲ ਦਾ ਪਤਾ। ਫਰਸਟ੍ਰੇਸ਼ਨ ਮੇਰਾ, ਮੈਂ ਕੋਈ ਨਿਸ਼ਾਨਾ ਨਹੀਂ, ਉਹ ਮੇਰੇ ਸਾਥੀ ਨੇ, ਮੇਰੇ ਭਰਾ ਨੇ, ਕੋਈ ਫਰਸਟ੍ਰੇਸ਼ਨ ਨਹੀਂ, ਕੋਈ ਐਸੀ ਗੱਲ ਨਹੀਂ, ਫਰਸਟ੍ਰੇਸ਼ਨ ਸੇੜੀ ਜਾਈ ਪਈ ਆ, ਕੋਈ ਨਹੀਂ, ਮਹਾਰਾਜ ਭਲੇ ਕਰੂਗਾ, ਠੀਕ ਠਾਕ ਹੋ ਜਾਊਗਾ। ਉਹ ਤਾਂ ਮੇਰਾ ਸਾਥੀ ਫਤਿਹਗੜ੍ਹ ਚੂੜੀਆਂ ਦਾ ਮੇਰਾ ਸਾਥੀ ਸੀਗਾ, ਉਹ ਮੈਥੋਂ ਗਲਤ ਪਰਚਾ ਕਰਾਉਣਾ ਚਾਹੁੰਦਾ ਸੀ, ਮੈਂ 26 ਬਣਾਉਣਾ ਚਾਹੁੰਦਾ ਸੀ, 24 ਜਾਂ 24 ਰਹਿਣੀ, 26 ਨਹੀਂ ਬਣਨੀ, ਉਹ ਕੋਈ ਗੱਲ, ਮੇਰਾ ਘਰ ਦਾ ਸਾਥੀ ਹੈ, ਕਰਜ਼ਾ ਮਾਫ਼ੀ ਲੈ ਕੇ ਚੱਲੇ, ਨਸ਼ੇ ਦੀ ਲੜਾਈ, ਘਰ ਘਰ ਨੌਕਰੀ ਦੇ ਸਿਧਾਂਤ ਲੈ ਕੇ ਚੱਲੀ ਕਾਂਗਰਸ, ਜੇ ਉਦੋਂ ਤੱਕ ਸਿਧਾਂਤ ਪੂਰਾ ਹੋ ਜਾਏਗਾ ਤਾਂ ਕਾਂਗਰਸ ਟਿਕਟ ਲੜਨ
ਜੇ ਸਮਝਣਗੇ ਨਹੀਂ ਪੂਰਾ ਹੋਇਆ ਤਾਂ ਨਾ ਲੜਨ। ਫਤਿਹਗੜ੍ਹ ਚੂੜੀਆਂ 'ਚ ਮੇਰਾ, ਮੈਂ ਤਾਂ ਫਤਿਹਗੜ੍ਹ ਚੂੜੀਆਂ ਇਲੈਕਸ਼ਨ ਲੜਨੀ ਹੈ, ਇਹਨਾਂ ਨੂੰ ਕੀ ਵਹਿਮ ਹੋ ਗਿਆ? ਜੇ ਬਟਾਲੇ 'ਚ ਚੰਗਾ ਕੰਮ ਹੋ ਰਿਹਾ ਤਾਂ ਮਤਲਬ ਥੋੜ੍ਹਾ ਮੈਂ ਫਤਿਹਗੜ੍ਹ ਚੂੜੀਆਂ ਛੱਡ ਦੇਣਾ? ਮੈਂ ਫਤਿਹਗੜ੍ਹ ਚੂੜੀਆਂ 'ਚ ਲੜਨੀ ਇਲੈਕਸ਼ਨ। ਸਿੱਖੜੀ ਸਾਹਿਬ ਨੂੰ ਇੱਕ ਵਹਿਮ ਹੋ ਗਿਆ ਵੀ ਮੈਂ ਹਰੇ ਇੱਥੇ ਲੜਨੀ, ਬਿਲਕੁਲ ਨਹੀਂ। ਮੇਰੀ ਡਿਵੈਲਪਮੈਂਟ ਡਿਊਟੀ ਲੱਗੀ, ਹਾਂ ਜੇ ਮੈਂ ਕੰਮ ਗਲਤ ਕਰਾ ਰਿਹਾ ਜਾਂ ਮੈਂ ਕਮਿਸ਼ਨ ਖਾ ਰਿਹਾ ਜਾਂ ਕੋਈ ਹੇਰਾ ਫੇਰੀ, ਫਿਰ ਗੱਲ ਕਰੋ। ਇਹ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਕਿਰਪਾ, ਬਾਬੇ ਰਾਣੀ ਦੀ ਮਿਹਰ ਕਰਕੇ ਬਟਾਲੇ ਡਿਵੈਲਪਮੈਂਟ ਹੋ ਰਹੀ ਹੈ, ਉਹਨੂੰ ਹਸਲ। ਜਿਹੜਾ ਵੀ ਇਲੈਕਸ਼ਨ ਕਾਂਗਰਸ ਤੋਂ ਲੜੇਗਾ ਉਹਨੂੰ ਫਾਇਦਾ ਹੋਊਗਾ। ਸਿੱਖੜੀ ਸਾਹਿਬ ਨੂੰ ਵੱਡਾ ਮਨ ਕਰਨਾ ਚਾਹੀਦਾ, ਕੋਈ ਐਸੀ ਗੱਲ ਨਹੀਂ। ਕੋਈ ਇਨਸਟਾਂਸ ਲੱਗਦਾ ਜਨਰਲ ਗੱਲਾਂ ਕਰਦਾ ਕੀ ਫਾਇਦਾ, ਕੋਈ ਸਪੈਸਿਫਿਕ ਗੱਲ ਕਰੇ। ਸਿੱਖੜੀ ਸਾਹਿਬ ਸਪੈਸਿਫਿਕ ਗੱਲ ਕਰ, ਆਹ ਕੰਮ ਇੱਥੇ ਗਲਤ ਆ। ਫਤਿਹ ਬਾਜਵਾ ਸਪੈਸਿਫਿਕ ਗੱਲ ਕਰੇ ਵੀ ਇਸ ਪਿੰਡ 'ਚ ਮੇਰੇ ਦਖਲ ਦਾ, ਦੇਖੋ ਇਹ ਦਖਲ ਦਾ ਹੀ ਇਲਜ਼ਾਮ ਲਾ ਦੇਣਾ। ਸਪੈਸਿਫਿਕ ਗੱਲ ਕਰੇ ਵੀ ਕਿੱਥੇ ਕੀ ਮੈਂ ਗੁਨਾਹ ਕੀਤਾ ਬਟਾਲੇ 'ਚ, ਬਟਾਲੇ ਦੇ ਲੋਕ ਦੱਸਣ ਮੈਂ ਕੀ ਗੁਨਾਹ ਕੀਤਾ, ਫਿਰ ਮੈਂ ਜਵਾਬ ਦਿਆਂਗਾ। ਮੈਂ ਸਿੱਖੜੀ ਸਾਹਿਬ ਨੂੰ ਜਵਾਬ ਦੇਣੀ, ਮੈਂ ਜਵਾਬ ਦੇ ਆਪਣੇ ਚੀਫ ਮਿਨਿਸਟਰ ਜਿਹੜਾ ਮੇਰਾ ਲੀਡਰ, ਮੈਂ ਸ੍ਰੀ ਜਾਖੜ ਨੂੰ ਮੇਰੇ ਕੰਮ 'ਚ ਨੁਕਸ ਹੋਊਗਾ ਮੈਨੂੰ ਪੁੱਛ ਲੈਣਾ। ਗੁਰਪ੍ਰੀਤ ਚਾਵਲਾ, ਪੰਜਾਬ ਨਿਊਜ਼ ਐਕਸਪ੍ਰੈਸ ਟੀਵੀ, ਗੁਰਦਾਸਪੁਰ।